ਆ ਕੀ ਆ ਓਏ? ਕ੍ਰਿਕਟ ਸਮਰਾਟ ਇੱਥੇ ਕੀ ਕਰਦੀ ਐ? ਹਾਂ ਇੱਥੇ ਕਿੱਦਾਂ ਆ ਗਈ? ਜੇ ਤਾਂ ਹੁਣ ਮੇਰੀ ਜੁੱਤੀ ਤੇਰੇ ਸਿਰ ਤੇ ਆਉਂਦੀ। ਪਾਪਾ ਗੱਲ ਤਾਂ ਸੁਣ, ਇਹਦਾ ਮੇਰੀ ਗੱਲ ਸੁਣ, ਤੈਨੂੰ ਕਿੰਨੀ ਆ ਰਿਕਿਆ? ਇਹ ਫालतू ਚੀਜ਼ਾਂ ਛੱਡ, ਪੜਾਈ ਤੇ ਜ਼ੋਰ ਤੇ ਸੁਣਦਾ ਨਹੀਂ ਤੈਨੂੰ। ਤੈਨੂੰ ਕ੍ਰਿਕਟ ਸਮਰਾਟ ਨੇ ਪਾਸ ਕਰਾਉਣਾ? ਆ ਜਿਹੜੇ ਭੱਜੀ ਤੋਂ ਨਹੀਂ ਪੜਦਾ ਨਾ, ਇਹਨਾਂ ਚੋਂ ਕਿਸੇ ਨੇ ਬੀਏ ਨਹੀਂ ਪਾਸ ਕੀਤੀ। ਪਾਪਾ ਪਰ ਇਹਨਾਂ ਦੇ ਡਰਾਈਵਰ ਸਾਰੇ ਐਮਏ ਪਾਸ ਨੇ। ਅੱਛਾ ਤੇਰਾ ਮੈਂ ਦੱਸਾਂ? ਓ ਪਾਪਾ ਤੇਰਾ ਮੈਂ ਪਾਪਾ ਮੈਨੂੰ ਮੰਮੀ ਨੇ ਦੱਸ ਦੂੰਗਾ। ਪਾਪਾ ਤੇ ਮੈਂ ਨਾ ਤੇਰੀ ਮਾਂ ਨੂੰ ਦੱਸਾਂਗਾ। ਹੈ ਕ੍ਰਿਕਟ ਤੈਨੂੰ ਸੁੱਤੇ ਪੈ ਨੂੰ ਵੀ ਯਾਦ ਰਹਿੰਦੀ ਹੈ, ਪੜਦਾ ਸਕੂਲ ਜਾ ਕੇ ਵੀ ਨਹੀਂ ਤੂੰ। ਪਾਪਾ ਪੜਦੇ ਤੁਸੀਂ ਡੰਡਾ ਲੈਣਿਓ, ਮਾਰਨੀਆਂ ਦੇ ਚਪੇੜ ਵੀ ਨਹੀਂ ਹੁੰਦੀ, ਇਹ ਵੀ ਨਾਟਕ। ਇਸੇ ਚੀਜ਼ ਦਾ ਨਜਾਇਜ਼ ਫਾਇਦਾ ਠਾਉਂਦਾ। ਅੱਜ ਤੇਰੇ ਸਾਹਮਣੇ ਭੰਨਣਾ ਇਹਨੂੰ ਮੈਂ ਵੇਖੀ। ਪਾਪਾ ਐਤ ਕੀ ਦੇਖਿਓ, ਮੈਂ ਸਾਰੇ ਸਬਜੈਕਟਾਂ 'ਚੋਂ ਪਾਸ ਹੋਊਂਗਾ। ਮੈਨੂੰ ਵਿੱਦਿਆ ਪੜ੍ਹਾਈ ਦੀ ਕਸਮ। ਵਿੱਦਿਆ ਪੜ੍ਹਾਈ ਦੀ ਕਸਮ ਨਾ ਖਾਓ, ਨਹੀਂ ਲੱਗਣੀ ਤੈਨੂੰ। ਜੇ ਕਸਮ ਖਾਣੀ ਇਹਦੀ ਖਾ, ਤੰਦੂਰਕਰ ਦੀ ਖਾ, ਯੂਵੀ ਦੀ ਖਾ। ਪਾਪਾ ਇਹਨਾਂ ਦੀ ਨਹੀਂ ਖਾ ਸਕਦਾ, ਜੇ ਕਹਿੰਦੇ ਫੁੱਫੜ ਦੀ ਖਾਣਾ। ਵੈਸੇ ਵੀ ਭੂਆ ਕਿਹੜਾ ਵਰਦੀ ਆਪਣੇ ਨਾਲ? ਤੈਨੂੰ ਦੱਸਾਂ ਮੈਂ, ਜੇ ਸ਼ਰਮ ਨਹੀਂ ਆਉਂਦੀ ਘੱਟੋ ਘੱਟ ਪਿਓ ਤੇ ਤਰਸ ਹੀ ਖਾ ਲੈ ਯਾਰ। ਆ ਵੀ ਤਾਂ ਤੇਰੀ ਭੈਣ ਹੀ ਹੈ ਨਾ, ਸਾਰਾ ਸਕੂਲ ਸਿਫਤਾਂ ਕਰਦਾ ਨਹੀਂ ਥੱਕਦਾ। ਸਿਮੋ ਉਹ ਮੋਟਰ ਚਲਾ ਮੈਂ ਨਹਾਉਣਾ। ਹੈਂ ਪਾਪਾ ਤੁਸੀਂ ਫੇਰ ਯੂਨੀਫਾਰਮ ਪ੍ਰੈਸ ਕਰਨ ਲੱਗ ਗਏ, ਤੁਹਾਨੂੰ ਮੈਂ ਕਿਹਾ ਸੀ ਨਾ ਮੈਂ ਆਪੇ ਕਰਿਆ ਕਰੂੰਗੀ। ਨਾ ਪੁੱਤ, ਮੇਰੇ ਹੁੰਦਿਆਂ ਪ੍ਰੈਸ ਨੂੰ ਹੱਥ ਨਹੀਂ ਲਾਉਣਾ, ਠੀਕ ਹੈ? ਇਹ ਵੈਸੇ ਵੀ ਕਰੰਟ ਮਾਰਦੀ ਹੈ ਪ੍ਰੈਸ ਆਪਣੀ। ਜੇ ਤੂੰ ਮੇਰੀ ਹੈਲਪ ਕਰਨੀ ਹੈ ਨਾ, ਇੱਦਾਂ ਕਰ ਪੁੱਤਰ, ਜੈਵੀ ਨੂੰ ਪੜ੍ਹਾ ਜਾ ਕੇ, ਉਹਨੂੰ ਕਹਾ 7:15 ਤੱਕ ਪੜ੍ਹੇ, ਉਦੋਂ ਬਾਅਦ ਤਿਆਰ ਹੋ ਕੇ ਸਕੂਲ ਜਾਵੇ ਟਾਈਮ ਸਿਰ, ਠੀਕ ਹੈ? ਆ ਮੈਨੂੰ ਫੜਾ ਦੇ। ਹਾਂਜੀ। ਕਿਤਾਬ ਤਾਂ ਸਿੱਧੀ ਫੜ ਲੈ, ਪਾਪਾ ਆ ਗਏ ਨਾ ਤੇ ਛਿੱਤਰ ਖਾਏਗਾ ਨਾਲੇ ਅੱਗੇ। ਹੋ ਤੂੰ ਮੈਨੂੰ ਇੱਕ ਗੱਲ ਦੱਸ, ਤੂੰ ਫੇਰ ਤੇ ਗਿਆ ਸੀ ਨਾ ਉਹ ਦੁਸ਼ਹਿਰੇ ਗਰਾਊਂਡ ਵਾਲਾ? ਫੇਰ ਅੱਛਾ ਉਹ ਫੇਰ? ਹਾਂ ਉਹ ਤਾਂ ਪ੍ਰਭ ਲੈ ਗਿਆ ਸੀ ਨਾਲ, ਨਾਲੇ ਮੇਰੇ ਕੋਲ ਕਿਹੜੇ ਕੋਈ ਪੈਸੇ ਸੀਗੇ। ਅੱਛਾ ਉੱਥੇ ਖਾਣ ਪੀਣ ਵਾਲੀਆਂ ਵੀ ਬੜੀਆਂ ਚੀਜ਼ਾਂ ਹੋਣਗੀਆਂ ਨਾ? ਹਾਂ।